ਮਰਿੰਡਾ ਦੇ ਨੇੜਲੇ ਪਿੰਡ ਰਸੂਲਪੁਰ ਵਿਖੇ ਵਾਲਮੀਕਿ ਸਭਾ ਵੱਲੋਂ ਧੀਆਂ ਦੀ ਲੋਹੜੀ ਸਮਾਜ ਵੈਲਫੇਅਰ ਭਵਨ ਵਿਖੇ ਮਨਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਲਮੀਕਿ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੀਆਂ ਦੀ ਪਹਿਲੀ ਲੋਹੜੀ ਮਨਾਈ ਗਈ ਹੈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਿੰਡ ਦੀ ਸਰਬਸੰਮਤੀ ਨਾਲ ਨਵੀਂ ਬਣੀ ਪੰਚਾਇਤ ਦੇ ਮੈਂਬਰ ਵੀ ਪਹੁੰਚੇ। ਇਸ ਮੌਕੇ ਬੱਚਿਆਂ ਵੱਲੋਂ ਲੋਹੜੀ ਸੰਬੰਧੀ ਗੀਤ ਗਾਏ ਅਤੇ ਭੰਗੜਾ ਪਾਇਆ ਗਿਆ। ਸਭਾ ਵੱਲੋਂ ਪਿੰਡ ਦੀਆਂ 16 ਨਵਜਨਮੀਆਂ ਬੱਚੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਸਭਾ ਵੱਲੋਂ ਅੱਗੇ ਤੋਂ ਵੱਡੇ ਪੱਧਰ ਤੇ ਲੋਹੜੀ ਦੇ ਤਿਉਹਾਰ ਦੇ ਨਾਲ ਨਾਲ ਪਿੰਡ ਦੀ ਭਲਾਈ ਲਈ ਹੋਰ ਵੀ ਪ੍ਰੋਗਰਾਮ ਕਰਵਾਏ ਜਾਣਗੇ। ਅੱਜ ਅਸੀਂ ਪਿੰਡ ਰਸੂਲਪੁਰ ਸਮਾਜ ਵੈਲਫੇਅਰ ਭਵਨ ਰਸੂਲਪੁਰ ਵਾਲਮੀਕ ਸਭਾ ਨੌਜਵਾਨਾਂ ਨੇ ਅੱਜ ਪਿੰਡ ਰਸੂਲਪੁਰ 'ਚ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਹੈ। ਅਸੀਂ ਆਪਣੇ ਕਲੱਬ ਵੱਲੋਂ ਅੱਗੇ ਨੂੰ ਵੀ ਵੱਧ ਚੜ੍ਹ ਕੇ ਪਿੰਡ ਦੇ ਵਿੱਚ ਬੱਚੀਆਂ ਦੀ ਲੋਹੜੀ ਮਨਾਵਾਂਗੇ ਅਤੇ ਹੋਰ ਵੀ ਸਮਾਜ ਦੇ ਪਿੰਡਾਂ ਦੇ ਵਿੱਚ ਜੋ ਵੀ ਕਲੱਬ ਦੇ ਅੰਡਰ ਕੋਈ ਕੰਮ ਆਉਂਦਾ ਅਸੀਂ ਕਰਾਂਗੇ ਅਤੇ ਅਸੀਂ ਅੱਗੇ ਨੂੰ ਵੀ ਇਸ ਤੋਂ ਵੱਧ ਚੜ੍ਹ ਕੇ ਬੱਚੀਆਂ ਦੀ ਲੋਹੜੀ ਮਨਾਵਾਂਗੇ। ਅੱਜ ਅਸੀਂ ਕਲੱਬ ਵੱਲੋਂ 16 ਅਣਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਹੈ। ਮੋਰਿੰਡਾ ਤੋਂ ਪੰਜਾਬੀ ਸਰਗਰਮੀ ਵਾਲੀ ਮਨਜੀਤ ਸਿੰਘ ਸੋਹੀ ਦੀ।